ਬਾਪੂ ਜੀ, ਜਿਹੜੇ ਤੁਹਾਡੇ ਸੱਤ ਦੇ ਵਿਚਾਲੇ ਸੱਤ ਦਰਵਾਜ਼ੇ ਰੱਖੇ ਗਏ ਨੇ, ਹੈ ਨਾ, ਕੀ ਇਹਨਾਂ ਦੀ ਕੀ ਵਿਸ਼ੇਸ਼ਤਾ, ਕਿਉਂ ਰੱਖੇ ਗਏ ਸੀ ਇਹ ਸੱਤ ਦਰਵਾਜ਼ੇ, ਕਿੰਨੇ ਕੁ ਸਾਲ ਜਿਹੜੇ ਦਰਵਾਜ਼ੇ ਪੁਰਾਣੇ ਨੇ? ਵੋਟਾਂ ਵੋਟਾਂ ਕੋਈ ਪਾਰਟੀ ਇਕੱਠੀ ਹੋਵੇ ਕਾਸ਼ੇ ਵਾਲੇ, ਇੱਥੇ ਆ ਕੇ ਪ੍ਰਚਾਰ ਕਰਦੇ ਨੇ। ਠੀਕ ਹੈ ਜੀ। ਪੂਰਾ ਪਿੰਡ ਮਸ਼ਹੂਰ ਹੈ ਸੱਤ ਦੇ ਨਾਲ? ਮਸ਼ਹੂਰ ਹੈ ਜੀ, ਵਿਚਾਲਾ ਇਹ। ਠੀਕ ਹੈ, ਵਿਚਾਲਾ ਪਿੰਡ ਇੱਥੇ ਮਸ਼ਹੂਰ ਹੈ। ਬੜੀ ਚੀਕ ਵਜੋਂ ਨੇ ਸਾਰੇ ਇਕੱਠੇ ਹੁੰਦੇ, ਐਂ ਨਹੀਂ ਸੀ ਵੀ ਆਪਾਂ ਨੂੰ ਕੀ ਪਿਆ ਰੌਲਾ ਪਈ ਜਾਂਦੇ, ਨਾ ਸਾਰਾ ਪਿੰਡ ਜਾਂਦਾ ਉਹ ਕਿਤੇ ਮਾੜਾ ਜਿਹਾ ਰੌਲਾ ਪੈਂਦਾ, ਉੱਥੇ ਵੀ ਕੋਈ ਗੱਲ ਬੜਾ ਪਤਾ ਲੈਂਦੇ, ਜੇ ਕੋਈ ਹੁੰਦਾ ਬੰਦਾ ਭੱਜ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਚੱਕ ਦੇ ਪੰਜਾਬ ਅਤੇ ਮੈਂ ਕਿਰਨ। ਅੱਜ ਅਸੀਂ ਪਹੁੰਚੇ ਹੋਏ ਮਾਨਸਾ ਜ਼ਿਲ੍ਹਾ ਦੇ ਪਿੰਡ ਸੱਦਾ ਸਿੰਘ ਵਾਲੇ। ਉਸ ਪਿੰਡ ਦੀ ਕੀ ਖਾਸੀਅਤ ਹੈ? ਉਸ ਪਿੰਡ ਦੀ ਖਾਸੀਅਤ ਇਹ ਹੈ ਕਿ ਪਿੰਡ ਦੇ ਵਿਚਾਲੇ ਇੱਕ ਸੱਤ ਹੈ, ਸੱਤ ਦੇ ਵਿੱਚ ਸੱਤ ਦਰਵਾਜ਼ੇ ਰੱਖੇ ਗਏ ਨੇ। ਸੱਤ ਦਰਵਾਜ਼ੇ ਨੇ ਜਿਹੜੇ ਬਹੁਤ ਹੀ ਪੁਰਾਣੇ ਦਰਵਾਜ਼ੇ ਨੇ। ਕੀ ਜਿਹੜੇ ਇਸ ਪਿੰਡ ਦੇ ਦਰਵਾਜ਼ੇ ਹੈ ਕਿੰਨੇ ਕੁ ਸਾਲ ਪੁਰਾਣੇ ਹੈ, ਕੀ ਇਹਨਾਂ ਦੀ ਖਾਸੀਅਤ ਹੈ, ਕਿੰਨਾ ਇਹ ਜਾਤ 'ਚ ਬਣਾਏ ਗਏ ਸੀ, ਜਾਂ ਹੋਰ ਕੀ ਜਿਹੜੀਆਂ ਯਾਦਾਂ ਇਸ ਦਰਵਾਜ਼ਿਆਂ ਦੇ ਨਾਲ ਜੁੜੀਆਂ ਹੋਈਆਂ, ਸਾਰੀ ਜਿਹੜੀ ਜਾਣਕਾਰੀ ਆ ਅੱਜ ਆਪਾਂ ਪਿੰਡ ਵਾਸੀਆਂ ਤੋਂ ਲਵਾਂਗੇ। ਕੀ ਨਾਮ ਬਾਪੂ ਜੀ? ਅਮਰਜੀਤ ਸਿੰਘ ਜੀ। ਹਾਂ ਬਾਪੂ ਜੀ, ਅੱਜ ਤੁਹਾਡੇ ਇਸ ਪਿੰਡ ਦੇ ਵਿੱਚ ਆਏ ਹਾਂ, ਅਸੀਂ ਦੇਖਿਆ ਹੈ ਨਾ ਵੀ ਤੁਹਾਡੇ ਸੱਤ ਦੇ ਵਿਚਾਲੇ ਸੱਤ ਦਰਵਾਜ਼ੇ ਰੱਖੇ ਗਏ ਨੇ, ਕਿਉਂ ਰੱਖੇ ਗਏ ਨੇ, ਕਦੋਂ ਕਦੇ ਦਰਵਾਜ਼ੇ ਰੱਖੇ ਹੋਏ ਨੇ ਇਹ? ਕੋਈ 60 ਸਾਲ ਤੱਕ ਦੇ ਹੋਣਗੇ। 160 ਸਾਲ ਪੁਰਾਣੇ? ਹਾਂ ਜੀ ਜੀ। ਇਹ ਬਾਬਿਆਂ ਨੇ ਕੋਈ ਸ਼ੌਂਕ ਨਾਲ ਹੀ ਪਾ ਲਏ ਉਹਨੂੰ ਜੀ, ਇਹਦਾ ਆਪੋ ਆਪਣੀ ਗਲੀਆਂ 'ਤੇ ਪਾ ਲਏ। ਠੀਕ ਹੈ। ਇੱਕ ਇਹਨਾਂ ਨੂੰ ਕੰਮ ਲੈਂਦੇ ਸੀ ਉਦੋਂ ਜੀ, ਉਦੋਂ ਰਿਸ਼ਤੇਦਾਰਾਂ ਉਹਦੇ ਬੋਟੇ ਘੋੜੇ ਬੰਨ ਦਿੰਦੇ। ਠੀਕ ਹੈ। ਮੂਹਰੇ ਦਰਵਾਜ਼ੇ ਟਕਤੇ ਲਾ ਦਿੰਦੇ, ਚੋਰੀ ਹੁੰਦੀ ਉਦੋਂ, ਬੋਟੇ ਘੋੜਿਆਂ ਦੀ ਚੋਰੀ ਹੁੰਦੀ, ਉਹ ਚੋਰਾਂ ਤੋਂ ਟਕਤੇ ਲਾ ਜਾਂਦੇ, ਇੱਧਰੋਂ ਟਕਤੇ ਪਾਲੇ ਪਾਸੇ ਪੈ ਜਾਂਦੇ ਬੰਦੇ ਬਾਹਰਲੇ ਪਾਸੇ। ਉਹ ਇਸ ਕਰਕੇ ਜੀ ਫਿਰ ਰੀਸ ਪੈ ਗਈ ਸਾਰਿਆਂ ਨੂੰ, ਉਹਨੇ ਬਣਾ ਲਿਆ, ਉਹਨੇ ਬਣਾ ਲਿਆ, ਸ਼ੌਂਕ ਹੋ ਗਿਆ ਸਾਰਿਆਂ ਨੂੰ, ਫਿਰ ਸਭ ਨੇ ਆਪੋ ਆਪਣੇ ਗਲੀਆਂ 'ਤੇ ਦਰਵਾਜ਼ੇ ਬਣਾ ਲਏ। ਸ਼ੌਂਕ ਦੇ ਵਜੋਂ ਤੁਸੀਂ ਇਹ ਸੱਤ ਦਰਵਾਜ਼ੇ ਰੱਖੇ ਹੋਏ ਆ ਵੀ ਚੋਰੀ ਚਪਟੇ ਹੋਣ ਤੋਂ? ਚਪਾ ਹੋਣ ਤੋਂ ਇੱਧਰ ਦਰਵਾਜ਼ੇ ਲੱਗੇ ਜੀ ਤਖਤੇ ਜੀ, ਅਤੇ ਬਾਕੀ ਉੱਧਰ ਬੰਦੇ ਪੈ ਜਾਂਦੇ ਸੀ। ਕਾਫੀ ਪਹਿਲਾਂ ਸਾਲ ਪੁਰਾਣੇ ਨੇ ਜੀ? ਬਾਲਾ ਚਿਰ ਪੁਰਾਣੇ ਨੇ। ਠੀਕ ਹੈ। ਫਿਰ ਬਾਪੂ ਜੀ, ਹੈ ਨਾ, ਤੁਸੀਂ ਕਿਹਾ ਵੀ ਚੋਰੀਆਂ ਚਪਟੀਆਂ ਜ਼ਿਆਦਾ ਹੁੰਦੀਆਂ ਸੀਗੀਆਂ, ਚਲੋ ਹੁਣ ਤਾਂ ਮਾਹੌਲ ਕਾਫੀ ਬਦਲ ਚੁੱਕਿਆ, ਨਵੀਂ ਸਦੀ ਆ ਚੁੱਕੀਆਂ ਨੇ, ਅਤੇ ਫਿਰ ਤੁਸੀਂ ਬਦਲੇ ਕਿਉਂ ਨਹੀਂ, ਬਦਲਣ ਦੀ ਕਦੇ ਸੋਚਿਆ ਵੀ ਨਹੀਂ ਹੈਗਾ? ਨਾ ਜੀ, ਬਦਲ ਸਾਂਭਲੇ ਸਮਾਂ ਬਦਲਣੇ ਜੀ। ਠੀਕ ਹੈ, ਬਹੁਤ ਵਧੀਆ ਗੱਲ ਆ। ਸੋ ਇਸ ਪਿੰਡ ਦੇ ਇਹਨਾਂ ਨੂੰ ਡਿੱਗਣ ਛੱਟਾਂ ਬਦਲਤੀਆਂ, ਪਹਿਲਾਂ ਦੂਜੀਆਂ ਸੀਗੀਆਂ, ਆਹ ਢਾਏ ਜਿਹੀਆਂ ਕੰਧਾਂ ਡਿੱਗ ਪਏ, ਦੁਬਾਰੇ ਖੜ੍ਹਾ ਕਰਤਾ। ਠੀਕ ਹੈ। ਅਤੇ ਇਸ ਕਰਕੇ ਉਹ ਧਰਮ ਸਾਡੀ ਡਿੱਗ ਪਈ ਸੀ, ਉਹ ਵੀ 1960 'ਚ ਦੁਬਾਰੇ ਤਿਆਰ ਕਰੀ ਹੈ, ਪਹਿਲਾਂ ਕੱਚੀ ਸੀ ਉਹ। ਤੁਸੀਂ ਮਤਲਬ ਪਿੰਡ ਦੀ ਜਿਹੜੀ ਵਿਰਾਸਤ ਆ, ਪੁਰਾਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਦੇ ਹੋ, ਜੇ ਕੋਈ ਮਾੜੀ ਮੋਟੀ ਡਿਕਟਲ ਹੁੰਦੀ ਹੈ ਤੁਸੀਂ ਮੁਰੰਮਤ ਕਰਵਾ ਲੈਂਦੇ? ਛੱਟ ਪੈ ਜਾਂਦੀ ਹੈ, ਕੰਧ ਕੱਢੀ ਜਾਂਦੀ ਹੈ, ਹੁਣ ਸਾਰੇ ਛੱਟ ਇੱਕ ਦੋ ਰਹਿ ਗਏ ਛੱਟਣ ਵਾਲੇ, ਮੈਂ ਛੱਟੇ ਜਾਣਗੇ। ਬਾਪੂ, ਜਿਹੜੇ ਤੁਸੀਂ ਦਰਵਾਜ਼ੇ ਦੇ ਨਾਮ ਲਿਖੇ ਹੋਏ ਨੇ, ਉੱਪਰ ਨਾਮ ਦੱਸੇ ਲਿਖ ਦੇਖਿਆ ਸੀ ਲਿਖੇ ਹੋਏ ਨੇ ਨਾ, ਅਤੇ ਇਹ ਨਾਮ ਕਿਉਂ ਲਿਖੇ ਗਏ ਸੀ? ਇਹ ਨਾਮ ਉਹਨੇ ਬਾਬਿਆਂ ਦੇ ਅੱਡੋ ਅੱਡੀ। ਠੀਕ ਹੈ। ਕਿਹੜੇ ਬਾਬੇ ਦੀ ਗਲੀ ਹੈ, ਉਹਦਾ ਦਰਵਾਜ਼ਾ ਨਾਮ ਲਿਖੇ ਹੋਏ ਨੇ। ਠੀਕ ਹੈ। ਇਹਨਾਂ ਦੇ ਲਿਖੇ ਹੋਏ ਨੇ। ਠੀਕ ਹੈ। ਹਾਂ, ਆਹ ਜਿਹੜੇ ਆਹ ਲਿਖੇ ਨੇ ਤਾਂ ਹੁਣ ਮੁੰਡਿਆਂ ਦੇ ਲਿਖੇ ਨੇ ਨਵਿਆਂ ਦੇ, ਬਾਬਿਆਂ ਦੇ ਤਾਂ ਪੁਰਾਣੇ ਤਾਂ ਲੱਗੀਆਂ ਜਿਹੀਆਂ ਪਲੇਟਾਂ, ਉਹ ਤਾਂ ਉਹਨਾਂ ਬਾਬੇ ਦੇ ਪੁਰਾਣੇ ਵਾਲੀਆਂ। ਅਤੇ ਆਹ ਜਿਹੜੇ ਥੱਲੇ ਖੱਟੇ ਦੇ ਨਾਮ ਲਿਖੇ ਨੇ, ਇਹ ਤਾਂ ਹੁਣੇ ਲਿਖੇ ਨੇ। ਠੀਕ ਹੈ। ਕਿਹੜੇ ਕਿਹੜੇ ਬਾਬੇ ਸੀ ਜਿਹੜੇ, ਕਿੰਨੇ ਕਿੰਨੇ ਨਾਲ ਗਲੀਆਂ ਸੰਬੰਧ ਸੀ, ਮਾੜਾ ਜ਼ਿਕਰ ਕਰਕੇ ਦੱਸੋ? ਗਲੀਆਂ ਦਾ ਜੀ ਆਹ ਤਾਂ ਸੀਗੇ ਦਲ ਸਿੰਘ ਪੱਤੀ। ਠੀਕ ਹੈ। ਆਹ ਸੀਗੇ ਸੁੰਦਰ ਸਿੰਘ। ਆਹ ਹੈਗਾ ਨਿਹਾਲ ਸਿੰਘ, ਉਹ ਹੈਗਾ ਭਾਗ ਸਿੰਘ, ਉਹ ਹੈਗਾ ਹੀਰਾ ਸਿੰਘ, ਉਹ ਹੈ ਸ਼ਿਆਮ ਸਿੰਘ, ਉਹ ਗੁਲਾਬ ਸਿੰਘ। ਠੀਕ ਹੈ ਜੀ। ਅਲੱਗ ਅਲੱਗ ਪੱਤੀਆਂ ਦੇ ਨਾਮ ਰੱਖੇ ਸੀ, ਅਲੱਗ ਅਲੱਗ ਦਰਵਾਜ਼ੇ ਨਾਮ ਰੱਖੇ ਸੀ, ਦਰਵਾਜ਼ੇ ਪਾਏ ਆਪੋ ਆਪਣੇ ਨਾਮ ਉਹਨਾਂ ਦੇ।
ਠੀਕ ਹੈ। ਬਗੁਨਾ ਦੀ ਔਲਾਦ ਮਗਰ ਵਧੀ ਗਈ ਹੈ ਪਿੱਛੇ ਸਰ, ਪਰਿਵਾਰ ਵਧੀ ਗਿਆ, ਗਾਹ ਵਧੀ ਗਈ। ਕਿੰਨਾ ਕਿੱਡਾ ਵੱਡਾ ਪਿੰਡ ਹੈ ਬਾਪੂ ਤੁਹਾਡਾ ਇਹ? ਪਿੰਡ ਥੋੜ੍ਹੇ ਹੈ ਜੀ, ਛੋਟੇ ਜਿਹਾ ਪਿੰਡ, ਪਰ 1600 ਵੋਟ ਹੈ, ਥੋੜ੍ਹੇ ਜਿਹੇ। ਠੀਕ ਹੈ ਜੀ, ਬਹੁਤ ਵਧੀਆ ਗੱਲ ਬਾਪੂ, ਤੁਸੀਂ ਜਿਹੜੀ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ, ਪਿੰਡ ਦੀ ਮਾਣ ਸ਼ਾਨ ਨੂੰ ਵਧਾਉਂਦੇ ਆ ਦਰਵਾਜ਼ੇ। ਬਹੁਤ ਵਧੀਆ ਪ੍ਰੋਗਰਾਮ ਚੱਲਦਾ ਸਾਡੇ, ਪੰਚਾਇਤਾਂ ਬਹੁਤ ਸਾਂਭਣੀਆਂ ਨੇ ਅਤੇ ਆ ਪੱਕਾ ਸਭ ਆ ਬਣਾ ਤਾ, ਜਮ੍ਹਾਂ ਮੰਡਲ ਬਣਾ ਤੀ। ਠੀਕ ਹੈ ਜੀ, ਫਿਰ ਜਦੋਂ ਕੋਈ ਲੀਡਰ ਸਾਹਿਬਾਨ ਰਾਜਨੀਤਿਕ ਪਾਰਟੀਆਂ ਦੇ ਆਉਂਦੇ ਆ, ਫਿਰ ਇੱਥੇ ਹੀ ਸਾਰੀ ਮੀਟਿੰਗ ਵਗੈਰਾ ਇੱਥੇ ਹੁੰਦੀ ਆ? ਵੋਟਾਂ ਵੋਟਾਂ ਕੋਈ ਪਾਰਟੀ ਇਕੱਠੀ ਹੋਵੇ ਕਾਸੇ ਵਾਲੇ, ਇੱਥੇ ਆ ਕੇ ਪ੍ਰਚਾਰ ਕਰਦੇ ਨੇ। ਠੀਕ ਹੈ ਜੀ, ਪੂਰਾ ਪਿੰਡ ਮਸ਼ਹੂਰ ਹੈ ਸੱਦ ਦੇ ਨਾਲ? ਮਸ਼ਹੂਰ ਹੈ ਜੀ, ਵਿਚਾਲਾ ਇਹ। ਠੀਕ ਹੈ ਜੀ, ਵਿਚਾਲਾ ਪਿੰਡ ਇੱਥੇ ਮਸ਼ਹੂਰ ਹੈ, ਪਿੰਡ ਦੇ ਵਿਚਾਲੇ ਜਿਹੜੀ ਇੱਕ ਹੈਗਾ ਸਾਥ ਰੱਖੀ ਹੋਈ ਹੈ ਸੱਦ, ਸਾਰੇ ਜਿਹੜੇ ਬਜ਼ੁਰਗ ਸਾਹਿਬਾਨ ਇਸ ਪਿੰਡ ਦੇ ਆ ਕੇ ਇੱਥੇ ਬੈਠਦੇ ਨੇ, ਵਿਚਾਰ ਵਟਾਂਦਰਾ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਬੱਚੇ ਵੀ ਜਿਹੜੇ ਇੱਥੇ ਪਿੰਡ ਦੇ ਉਹ ਖੇਡਦੇ ਨੇ ਸੱਦ ਦੇ ਵਿੱਚ ਆ ਕੇ, ਸੱਦ ਦੇ ਨਾਲ ਸੱਦ ਦਰਵਾਜ਼ਿਆਂ ਦੀ ਜਿਹੜੀ ਸ਼ਾਨ ਨੂੰ, ਪਿੰਡ ਦੀ ਮਾਣ ਸ਼ਾਨ ਨੂੰ ਜਿਹੜੇ ਦਰਵਾਜ਼ੇ ਨੇ ਉਹ ਵਧਾਉਂਦੇ ਆ। ਫਿਰ ਬਾਪੂ ਜੀ, ਜਦੋਂ ਕੋਈ ਵੀ ਗੱਲਬਾਤ ਹੁੰਦੀ ਹੈ ਪਿੰਡ ਦੇ ਵਿੱਚ, ਜੋ ਕੋਈ ਗੱਲਬਾਤ ਕਰਨੀ ਹੈ, ਫਿਰ ਐਂ ਕਹਿ ਦਿੰਦੇ ਵੀ ਸਪੀਕਰ ਵਿੱਚ ਵੀ ਸੱਦ ਦਰਵਾਜ਼ਿਆਂ ਕੋਲ ਇਕੱਠੇ ਹੋ ਜੂ ਜੀ? ਤੁਸੀਂ ਅਸੀਂ ਸੁਣ ਰਹੇ ਸੀ ਕਿ ਸੱਤ ਨੰਬਰਦਾਰਾਂ ਦੀ ਗੱਲ ਵੀ, ਕਿ ਨੰਬਰਦਾਰਾਂ ਦੇ ਨਾਲ ਵੀ ਸੰਬੰਧਿਤ ਨੇ ਦਰਵਾਜ਼ੇ? ਨੰਬਰ ਆ ਸੀ ਸੀਗੇ ਜੀ, ਹਾਂ ਜੀ, ਨੰਬਰਦਾਰ ਸੀ ਨੇ, ਨੰਬਰ ਇੱਕ ਦਲ ਸੂ ਸੀ। ਠੀਕ ਹੈ, ਇੱਕ ਨਿਹਾਲ ਸੂ ਸੀ। ਠੀਕ ਹੈ, ਇੱਕ ਸੀਗਾ ਉੱਧਰ ਆਪਣਾ ਮਤਾਬ ਸੂ। ਠੀਕ ਹੈ, ਇੱਕ ਸ਼ਾਮ ਸੂ ਜੀ, ਇੱਕ ਗੁਲਾਬ ਸੂ ਜੀ, ਨੰਬਰ ਆ ਸੀ ਸੀਗੇ ਜੀ। ਪਰ ਨੰਬਰਦਾਰ 6 ਨੇ, ਦਰਵਾਜ਼ੇ ਕਹਿੰਦੇ 7 ਦਰਵਾਜ਼ੇ ਨੇ ਇਸ ਪਿੰਡ ਦੇ ਵਿੱਚ। ਨੰਬਰਦਾਰਾਂ ਦੇ ਅਲੱਗ ਅਲੱਗ ਪੱਤੀਆਂ 'ਚ ਘਰਾਂ ਨੂੰ ਜਾਂਦੀਆਂ ਨੇਗੀਆਂ, ਅਲੱਗ ਅਲੱਗ ਪੱਤੀਆਂ ਦੇ ਨਾਮ ਨਾਲ ਇਹ ਦਰਵਾਜ਼ੇ ਨੇ ਜਿਹੜੇ ਮਸ਼ਹੂਰ ਨੇ ਇਸ ਪਿੰਡ ਦੇ ਵਿੱਚ। ਬਾਪੂ, ਜਦੋਂ ਕੋਈ ਚੀਜ਼ ਕਿਤੇ ਪਿੰਡ ਦੇ ਵਿੱਚ ਮਸ਼ਹੂਰ ਹੋ ਜਾਂਦੀ ਹੈ ਨਾ, ਤਾਂ ਉੱਥੇ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਹੋਰ ਸ਼ੂਟਿੰਗਾਂ ਕਰਨ ਵਾਲੇ ਗਾਇਕ ਇੱਥੇ ਪਹੁੰਚਦੇ ਨੇ? ਬਹੁਤ ਆਉਂਦੇ ਸ਼ੂਟਿੰਗਾਂ ਵਾਲੇ ਜੀ, ਮਾਂ ਆਉਂਦੀ ਰੋਜ਼, 5-4 ਦਿਨ ਮਾਂ ਕੱਢਾ ਆਉਂਦੀਆਂ ਆ ਰਹੇ, ਲੈ ਜਾਂਦੇ ਆ ਵੀਡੀਓ ਬਣਾ ਕੇ। ਅੱਛਾ ਜੀ, ਤੁਸੀਂ ਪਿੰਡ ਦੇ ਮੁੱਢ ਹੋਗੇ? ਮੁੱਢੀ ਬਣਾ ਲਓ, ਮੈਂ ਜਾਣ ਦਾ ਮੈਂ ਹੋਰ ਕਿਸੇ ਨੂੰ ਪਤਾ ਨਹੀਂ। ਠੀਕ ਹੈ, ਨਾ ਬਾਬਿਆਂ ਦਾ ਪਤਾ, ਨਾ ਪਿੰਡ ਦਾ ਪਤਾ ਕਿੰਨਾ। ਅੱਛਾ ਜੀ, ਮੇਰੇ ਕੋਲ ਆ ਜਾਂਦੇ ਮੱਛੀ ਵੇਖ ਕੇ। ਠੀਕ ਹੈ ਜੀ, ਵੀ ਸਰਪੰਚ ਸਰਪੰਚ ਦੀ ਕੋਈ ਲੋੜ ਨਹੀਂ ਪੈਂਦੀ ਬਾਪੂ ਜੀ, ਕਹਿੰਦਾ ਮੈਂ ਇੱਥੇ ਹੀ ਹੁੰਦਾ, ਉਹਨਾਂ ਨੂੰ ਪਤਾ ਨਹੀਂ। ਠੀਕ ਹੈ ਜੀ, ਉਹਨੂੰ ਪਤਾ, ਨਵੇਂ ਬੰਦਿਆਂ ਨੂੰ ਪਤਾ ਨਹੀਂ ਮੁੰਡਿਆਂ ਨੂੰ, ਹਾਂਜੀ ਹਾਂਜੀ, ਵੀ ਕੌਣ ਬਾਬਾ ਸੀ, ਕਿਹਨੇ ਬਣਾਇਆ ਸੀ, ਕਦੋਂ ਬਣਾਇਆ ਸੀ, ਕਿਸੇ ਨੂੰ ਪਤਾ ਨਹੀਂ ਉਹਨਾਂ ਨੂੰ। ਤੁਹਾਨੂੰ ਇਸ ਦਰਵਾਜ਼ਿਆਂ ਦੀ ਸਾਰੀ ਹਿਸਟਰੀ ਪਤਾ ਵੀ ਕਿੰਨਾ ਨੇ ਬਣਾਇਆ ਸੀ, ਕਿੰਨੇ ਸਾਲੇ ਪੁਰਾਣੇ, ਕਿਹਦੇ ਕਿਹਦੇ ਬਾਬੇ ਜੀ, ਕੌਣ ਕੌਣ ਸੀ, ਕਿੱਥੋਂ ਆਏ ਸੀ? ਹਾਂ, ਅਸੀਂ ਰੱਲੇ ਤੋਂ ਆਏ ਹਾਂ। ਠੀਕ ਹੈ, ਰੱਲਾ ਜੋਗਾ ਪਿੱਛੇ ਇੱਕ ਪਿੰਡ, ਤੁਹਾਡਾ ਪਿੰਡ ਵੱਡਾ ਉਹ ਹੈ, ਉੱਥੋਂ ਆ ਕੇ ਫਿਰ ਬਾਬੇ ਨੇ ਇੱਥੇ ਪਿੰਡ ਬੰਨਿਆ ਉਹ। ਠੀਕ ਹੈ, ਰੱਲੇ ਤੋਂ ਆ ਗਏ। ਠੀਕ ਹੈ, ਸਾਰਾ ਪਿੰਡ ਮਤਲਬ ਉੱਥੋਂ ਦੇ ਆਏ ਹੋਏ ਜੀ? ਸਾਰਾ ਜੀ, ਕੋਈ ਕਿਚਾ ਹੈ ਨਾ, ਅਸੀਂ ਸਾਰੇ ਗੋਤ ਇੱਕੋ ਹੀ ਸਾਡਾ। ਠੀਕ ਹੈ, ਸਾਰੇ ਪਿੰਡ ਦਾ ਇੱਕ ਗੋਤ ਹੈ, ਇੱਕ ਬਾਬੇ ਜਲਾਲ ਹੈ, ਦੋ ਬਾਬੇ ਆਏ ਸੀ ਉਹ ਭਾਈ ਭਾਈ, ਬਹੁਤ ਦੋਹਾਂ ਜਲਾਲ ਹੈ। ਉਹ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਹੋਈ ਹੋਵੇ ਜਿਹਦੇ ਕਰਕੇ ਦਰਵਾਜ਼ਿਆਂ ਕਰਕੇ ਆਪਾਂ ਨੂੰ ਬਚਤ ਰਹਿ ਗਈ ਹੋਵੇ, ਹੈ ਨਾ, ਵੀ ਦਰਵਾਜ਼ੇ ਸੀ ਭਾਈ ਬਚਤ ਰਹਿ ਗਈ ਆ, ਇੰਨਾ ਸੁੱਕ ਸਾਡੇ ਪਿੰਡ 'ਚ ਕੋਈ ਘਟਨਾ ਨਹੀਂ ਹੋਈ, ਐਡੀ ਵੱਡੀ ਘਟਨਾ ਨਹੀਂ ਹੋਈ ਕੋਈ, ਛੋਟੇ ਮੋਟੀਆਂ ਹੁੰਦੀਆਂ ਰਹੀਆਂ ਨੇ, ਉਹ ਲੈ ਵੀ ਜਾਂਦੇ ਸੀ ਬਾਹਰੋਂ ਅੰਦਰੋਂ, ਅਤੇ ਫਿਰ ਮਰਵਾ ਵੀ ਲੈਂਦੇ ਸੀ, ਮੋੜ ਵੀ ਦਿੰਦੇ ਸੀ ਪੈਸੇ ਪੁੱਛ ਲੈ ਕੇ,
ਜੋ ਪਸ਼ੂ ਲੈ ਜਾਂਦੇ ਪਸ਼ੂ ਨੂੰ ਮੋੜਨ ਦੇ ਇਹੋ ਜਿਹੀ ਚੋਰੀਆਂ ਹੋਣੀਆਂ ਹੋਰ ਤਾਂ ਕਿਹੜੇ ਚੋਰੀਆਂ ਨੂੰ ਇੱਥੇ ਗਈ ਸੀ ਕਿਸੇ ਕੋਲ ਆਪਾਂ ਨੂੰ ਕੀ ਪਿਆ ਰੌਲਾ ਪਈ ਜਾਂਦੇ ਨਾ ਸਾਰਾ ਪਿੰਡ ਜਾਂਦਾ ਉਹ ਕਿਤੇ ਮਾੜਾ ਜਿਹਾ ਰੌਲਾ ਪੈਂਦਾ ਉੱਥੇ ਵੀ ਕੋਈ ਗੱਲ ਬੜਾ ਪਤਾ ਲੈਂਦੇ ਜੇ ਕੋਈ ਹੁੰਦਾ ਬੰਦਾ ਭੱਜ ਜਾਂਦਾ ਬਾਪੂ ਜੀ ਦੇਖ ਰਹੇ ਹਾਂ ਨਾ ਦਰਵਾਜ਼ੇ ਕਾਫੀ ਪੁਰਾਣੇ ਹੋ ਚੁੱਕੇ ਨੇ ਹਨਾ ਹੁਣ ਤਾਂ ਇੱਟ ਵੱਡੀ ਲੱਗਦੀ ਪਹਿਲਾਂ ਇੱਟਾਂ ਛੋਟੀਆਂ ਛੋਟੀਆਂ ਹੁੰਦੀਆਂ ਸੀ ਇੱਟ ਇੱਥੇ ਕਿਹੜੀ ਇੱਟ ਯੂਜ਼ ਕੀਤੀ ਹੋਈ ਆ ਛੋਟੀਆਂ ਇੱਟਾਂ ਨੇ ਪਹਿਲਾਂ ਛੋਟੀਆਂ ਇੱਟਾਂ ਆਵੇ ਪੰਜਾਬੇ ਵਾਲੀਆਂ ਹੁੰਦੀਆਂ ਪਹਿਲਾਂ ਆਹ ਤਾਂ ਹੈ ਨਹੀਂ ਪੱਠੇ ਪੁੱਠੇ ਉਹ ਪੰਜਾਬੀ 'ਚ ਘਾਹ ਫੂਸ ਨਾਲ ਪਕਾਉਂਦੇ ਹੁੰਦੇ ਉਹਨਾਂ ਇੱਟਾਂ ਦੇ ਬਣਾਏ ਹੋਏ ਨੇ ਬਾਪੂ ਦੇਖ ਰਹੇ ਜਿਹੜੀਆਂ ਇੱਟਾਂ ਨੇ ਉਹ ਖੁਰਨ ਲੱਗ ਰਹੀਆਂ ਨੇ ਹਨਾ ਮਤਲਬ ਜਿਹੜੀ ਉਹਨਾਂ ਦੀ ਸਮੈਂਟ ਬਾਜਰੀ ਜੋ ਵੀ ਲੱਗਾ ਸੀ ਉਹ ਲੈ ਲੱਗ ਗਿਆ ਹਨਾ ਕੋਈ ਪਿੰਡ ਵੱਲੋਂ ਕੋਈ ਖਾਸ ਉਪਰਾਲੇ ਕੀਤੇ ਜਾ ਰਹੇ ਹੋਣ ਵੀ ਇਹਨੂੰ ਸਮਾਰੋ ਤੇ ਸਾਂਭ ਸੰਭਾਲ ਬਹੁਤ ਕਰਦੇ ਪੰਚਾਇਤ ਆਪੋ ਆਪਣੇ ਘਰਾਂ ਦੇ ਬੰਦੇ ਵੀ ਇਕੱਠੇ ਕਰਨੇ ਪੈਸੇ ਕਰਕੇ ਤੇ ਪੰਚਾਇਤ ਨੇ ਵੀ ਕਰਿਆ ਬਹੁਤ ਸਾਂਭ ਸੰਭਾਲ ਛੱਟਾਂ ਪਾਈਆਂ ਨੇ ਆਹ ਦੁਬਾਰੇ ਬਦਲ ਜਾਂਦੇ ਆਹ ਪਾਰਟੀਆਂ ਉਹ ਸਾਰੀਆਂ ਛੱਟਾਂ ਉਹ ਰਹਿ ਗਿਆ ਇੱਕ ਆ ਰਹੇ ਸੱਟ ਕਰਨੀ ਉਹ ਇਹ ਦੁਬਾਰੇ ਪੰਚਾਇਤ ਨੇ ਪਾਈਆਂ ਵੀ ਮਤਲਬ ਜੇ ਕੋਈ ਦਰਵਾਜ਼ੇ ਦਾ ਕੋਈ ਢਹਿਣ ਦਾ ਜਾਂ ਕੁਛ ਵੀ ਹੁੰਦਾ ਮਤਲਬ ਸਰਕਾਰ ਦੇ ਨਾਲ ਜਿਹੜੇ ਆਪਣੇ ਕੋਈ ਗ੍ਰਾਂਟ ਵਗੈਰਾ ਆਉਂਦੀ ਹੈ ਸਰਕਾਰ ਗ੍ਰਾਂਟਾਂ ਭੇਜੀ ਹੈ ਪਹਿਲਾਂ ਅਸੀਂ ਆਪਦੇ ਪੈਸੇ ਇਕੱਠੇ ਕਰਕੇ ਵੀ ਕਰ ਲੈਂਦੇ ਅਤੇ ਹੁਣ ਸਰਕਾਰ ਨੇ ਗ੍ਰਾਂਟਾਂ ਭੇਜੀਆਂ ਐਤਕੀ ਪਲਾਨ 'ਚ ਉਹ ਗ੍ਰਾਂਟਾਂ ਨਾਲ ਰੰਗ ਰੁੰਗ ਸਾਰਾ ਅਤੇ ਛੱਟਾਂ ਬਦਲਤੀਆਂ ਇਹਨਾਂ ਦੀਆਂ ਉਪਰਾਲਾ ਬਹੁਤ ਕਰਦੇ ਪੰਚਾਇਤ ਵੀ ਕਰਦੀ ਹੈ ਹੁਣ ਸਰਕਾਰ ਵੀ ਕਰਦੀ ਹੈ ਠੀਕ ਹੈ ਬਾਪੂ ਜੀ ਹੈ ਨਾ ਅਸੀਂ ਤਾਂ ਮੈਂ ਪੁੱਛਣਾ ਚਾਹੂੰਗੀ ਕਿ ਆਪਾਂ ਦੁਨੀਆਂ ਦੇ ਸਭ ਨੇ ਚਲੇ ਜਾਣਾ ਠੀਕ ਹੈ ਤੁਸੀਂ ਤਾਂ ਬਹੁਤ ਟਾਈਮ ਜਿਹੜੀ ਇਹਨੇ ਸਾਂਭ ਸੰਭਾਲ ਕਰ ਚੁੱਕੇ ਹੋ ਜਿਹੜੀ ਹੁਣ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੇਗੀਆਂ ਹੈ ਨਾ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹਨੇ ਸਾਂਭ ਸੰਭਾਲ ਕਿੱਦਾਂ ਰੱਖਣਾ ਉਹਨਾਂ ਨੂੰ ਕਹਿੰਦੇ ਤਾਂ ਬਹੁਤ ਕਹੀ ਨਾ ਵੀ ਸੰਭਾਲੋ ਭਾਈ ਸੰਭਾਲੋ ਭਾਈ ਪਰ ਉਹ ਇੰਨਾ ਕਰਦੇ ਨਹੀਂ ਹਿੰਮਤ ਜਿੰਨੀ ਪਹਿਲਾਂ ਕਰਦੇ ਸੀ ਨਾ ਅਸੀਂ ਉਹ ਹੱਥੀਂ ਕੰਮ ਕਰਕੇ ਰਾਜੀ ਨੇ ਨਾ ਵੀ ਸਾਂਭ ਸੰਭਾਲ ਕਰ ਲਈਏ ਉਹ ਕਰ ਆਪੇ ਕਰਨਗੇ ਫਿਰ ਦੇਖੋ ਦੇਖ ਕਰਨਗੇ ਸਹੀ ਸਭ ਕੁਝ ਖਾਣ ਸਾਂਭਣਗੇ ਪਰ ਕਹੇ ਤੂੰ ਐਂ ਹੋਏ ਵੀ ਕਿਹੜਾ ਕਰੇ ਸਾਂਝਾ ਕੰਮ ਹੈ ਫਲਾਣਾ ਤੇ ਕਾਂ ਲੱਗੇ ਨੇ ਕਰਨ ਫਿਰ ਬਾਪੂ ਹੈਗਾ ਸਾਂਭਣਗੇ ਬਾਪੂ ਕਰ ਲੈਣਗੇ ਆਪੇ ਠੀਕ ਹੈ ਕਰਨਗੇ ਸਭ ਸਾਂਭਣਗੇ ਨਾਲੇ ਅਸੀਂ ਵੀ ਸਾਂਭੇ ਹਾਂ ਪਹਿਲਾਂ ਬਾਬੇ ਪਾ ਕੇ ਛੱਡ ਗਏ ਅਸੀਂ ਸਾਂਭੇ ਮਗਰੋਂ ਇਵੇਂ ਜਿਵੇਂ ਸਾਂਭਣਗੇ ਮਗਲੇ ਪੀੜ੍ਹੀਆਂ ਉਹ ਵੀ ਸਾਂਭਣਗੇ ਵੀ ਬਾਬਿਆਂ ਨੇ ਸਾਂਭੇ ਅਸੀਂ ਵੀ ਕਹਿੰਦੇ ਬਾਬਿਆਂ ਨੇ ਪਾਇਆ ਸਾਂਭੋ ਉਹ ਵੀ ਸਾਂਭਣਗੇ ਸੋ ਦਰਸ਼ਕੋ ਸਾਨੂੰ ਮਾਨਸ ਜ਼ਿਲ੍ਹਾ ਦੇ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਸੱਤ ਦਰਵਾਜ਼ਾ ਸੱਤ ਦੇ ਵਿੱਚ ਉਹ ਸਾਨੂੰ ਅੱਜ ਦੇ ਉਹਨਾਂ ਦੀ ਜਾਣਕਾਰੀ ਦੱਸੀ ਹੈ ਬਾਪੂ ਜੀ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਦਰਵਾਜ਼ੇ ਸੀ ਜਿਹੜੇ ਬਹੁਤ ਹੀ 150 ਸਾਲ ਜਿਹੜੇ ਆ 160 ਸਾਲ ਪਹਿਲਾਂ ਦੇ ਬਣੇ ਹੋਏ ਦਰਵਾਜ਼ੇ ਨੇਗੇ ਕਹਿੰਦੇ ਸਾਡੇ ਤੋਂ ਪਹਿਲਾਂ ਦੇ ਕਾਫੀ ਦਰਵਾਜ਼ੇ ਜਿਹੜੇ ਪੁਰਾਣੇ ਨੇ ਇਹ ਬਜ਼ੁਰਗਾਂ ਦੀ ਯਾਦ ਵਿੱਚ ਬਣਾਏ ਗਏ ਦਰਵਾਜ਼ੇ ਸੀ ਬਾਹਰੋਂ ਆਏ ਸੀ ਬਾਬੇ ਉਹਨਾਂ ਨੇ ਇਹ 7 ਦਰਵਾਜ਼ੇ ਰੱਖੇ ਗਏ ਸੀ ਇਹਨਾਂ ਦਰਵਾਜ਼ਿਆਂ ਦੇ ਕਰਕੇ ਸਾਡੇ ਪਿੰਡ ਦੀ ਕਾਫੀ ਬੱਚਤ ਵੀ ਹੁੰਦੀ ਰਹੀ ਸੀ ਕਿ ਚੋਰੀ ਚਪਟੇ ਹੁੰਦੇ ਜ਼ਿਆਦਾ ਹੁੰਦੇ ਸੀ ਅਤੇ ਪਰ ਸਾਡੀ ਜਿਹੜੀ ਬੱਚਤ ਰਹਿ ਜਾਂਦੀ ਸੀ ਇਹ ਦਰਵਾਜ਼ਿਆਂ ਦੇ ਕਰਕੇ ਇਹ ਦਰਵਾਜ਼ਿਆਂ ਦੇ ਕਰਕੇ ਸਾਡਾ ਜਿਹੜਾ ਪਿੰਡ ਆ ਕਾਫੀ ਮਸ਼ਹੂਰ ਹੈ ਸਾਡੇ ਜਿਹੜੀ ਬਜ਼ੁਰਗਾਂ ਦੀ ਵਿਰਾਸਤ ਹੈ ਅਸੀਂ ਇਹਨਾਂ ਨੂੰ ਸਾਂਭ ਸੰਭਾਲ ਕਰਕੇ ਰੱਖਾਂਗੇ ਇਹ ਜਿਹੜੀ 7 ਦਰਵਾਜ਼ੇ ਨੇ ਸਾਡੇ ਪਿੰਡ ਦੇ ਮਾਣ ਅਤੇ ਸ਼ਾਨ ਨੂੰ ਵਧਾਉਂਦੇ ਆ ਸੋ ਸਾਡੀ ਜਿਹੜੀ ਅੱਜ ਇਹ ਵੀਡੀਓ ਕਿਹੋ ਜਿਹੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਹੋਰ ਵੀਡੀਓ ਲੈ ਕੇ ਬਣੇ ਰਹਿਣਾ ਸਾਡੇ ਚੈਨਲ ਦੇ ਨਾਲ ਧੰਨਵਾਦ ਜੀ